ਤਿੱਖੀ ਇਹਨਾਂ ਦੀ ਨਜ਼ਰ ਤੇ ਜਿਹੜਾ ਜਥੇਦਾਰ ਆ ਉਹ ਇੱਕ ਸਧਾਰਨ ਗਰੰਥੀ ਐ ਕਿਸੇ ਗਰੰਥੀ ਨੂੰ ਚੁੱਕ ਕੇ ਲਾ ਦੁੰਦੇ ਨੇ ਮੁੜ ਕੇ ਕਹਿੰਦੇ ਨੇ ਸਾਡੇ ਪਿੰਜਰੇ ਚ ਤੋਤਾ ਐ ਇਹ ਬਾਦਲ ਬਾਦਲੀ ਕਰੂਗਾ ਇਹ ਦੂਜੀ ਗੱਲ ਨਹੀਂ ਕਰ ਸਕਦਾ ਤੋਤੇ ਆ ਨੇ ਪਿੰਜਰਾ ਤੋੜ ਦਿੱਤਾ ਹੁਣ ਉਹ ਆਜ਼ਾਦ ਹੋ ਗਏ ਨੇ ਸਮਝ ਲਓ ਇਹਨਾਂ ਦਾ ਜਿਹੜਾ ਜਾਲ ਸੀ ਉਹ ਉਡਾ ਕੇ ਲੈ ਗਏ ਨੇ ਇਹ ਤਾਂ ਹੁਣ ਹੈਗੇ ਨਹੀਂ ਕਿ ਹੁਣ ਜਥੇਦਾਰ ਸੱਚ ਕਿਉਂ ਬੋਲ ਰਿਹਾ ਤੇ ਵਿਰਸਾ ਸਿੰਘ ਦੇ ਬਾਰੀਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਇੱਕ ਬੜਾ ਸ਼ਰੀਫ ਅਕਾਲੀ ਲੀਡਰ ਸੀ ਉਸ ਏਰੀਆ ਦਾ ਗੁਰਦੇয়াল ਸਿੰਘ ਗੁਰਦੇয়াল ਸਿੰਘ ਨੂੰ ਕੁਝ ਬੰਦਿਆਂ ਨੇ ਉਹਦੇ ਪਿੰਡਦਿਆਂ ਨੇ ਪਰਿਵਾਰ ਦਾ ਦੇ ਕਈ ਜ਼ਿ ਕਤਲ ਕਰ ਦਿੱਤੇ ਸੀ ਉੱਥੇ ਹੀ ਵਿਰਸਾ ਸਿੰਘ ਨੇ ਆਪਦਾ ਮੁੰਡਾ ਵਿਆਹਿਆ ਨਾਂ ਤੱਕ ਦੇ ਸੁਖਵੀਰ ਸਿੰਘ ਬਾਦਲ ਨੇ ਪੁੱਛਿਆ ਹੈ ਕਿ ਤੂੰ ਕਿਹੋ ਜਿਹਾ ਅਕਾਲੀ ਹੈਗਾ ਹੈ ਉਹਨੇ ਵਿਰਸਾ ਸਿੰਘ ਵਲਟੋਈ ਦੀ ਗੱਲ ਵਿਰਸਾ ਸਿੰਘ ਵਲਟੋਈ ਨਾਲੇ ਕਰਨੀ ਚਾਹੁੰਦਾ ਹੈ ਇਹ ਸਰਦਾਰ ਵਿਰਸਾ ਸਿੰਘ ਵਲਟੋਈ ਜੀ ਆਰਐਸਐਸ ਕਿਆਨੀ ਹਰਪੀਤਾ ਹੁਣ ਚਿਤਧਾਰ ਬਨੇ ਆਰਐਸਐਸ ਨਾ ਸੰਸਥਾ ਅਕਾਲੀ ਦਲ ਦੇ ਤੁਹਾਡੇ ਜਿਹੜੇ ਸੁਪਰੀਮੋਕ ਸੀ ਰਵੈਤੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 1971 ਚ ਆਰਐਸਐਸ ਨਾ ਸਿੱਤੀ سانس ਵਾਲੀ ਜਿਹੜਾ ਹਰਬੰਸ ਲਾਲ ਖੰਨਾ ਜਿਹੜਾ ਬੀਜਪੀ ਦਾ ਐਮਐਲਏ ਸੀ ਅੰਮ੍ਰਿਤਸਰ ਤੋਂ ਉਹਨੇ ਦਰਵਾਰ ਸਾਹਿਬ ਦਾ ਮਾਡਲ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੋੜਿਆ ਔਰ ਤੇ ਪਿਸ਼ਾਬ ਕੀਤਾ ਉਹਦੀ ਜਾਦਗਰ ਜਿੱਦੋਂ ਬਣੀ ਐ ਅੰਦਰ ਅੰਮ੍ਰਿਤਸਰ ਦੇ ਵਿੱਚ ਹਰਬੰਸ ਲਾਲ ਖੰਨਨ ਅਡ ਉਹ ਅਡਵਾਨੀ ਉਹਦੀ ਇਨੌਗੁਰੇਸ਼ਨ ਕਰਕੇ ਗਿਆ ਹੈ ਅਕਾਲੀ ਦਲ ਕਿਤੇ ਵਿਰਸਾ ਸਿੰਘ ਬਲਟੋਈ ਦਾ ਅਕਾਲੀ ਦਲ ਦਾ ਵਿਰੋਧ ਮੈਂ ਤਾਂ ਨਹੀਂ ਸੁਣਿਆ ਹੈਗਾ ਸਮੇਤ ਸੈਣੀ ਜਿਹਦੀਆਂ ਰੂਟਸ ਆਰਐਸਐ ਜਿਹਦੀਆਂ ਫੈਮਿਲੀ ਰੂਟਸ ਆਰਐਸਐ ਚ ਨਹੀਂ ਜਦੋਂ ਉਹਨੂੰ ਡੀਜੀਪ ਲਾਇਆ ਤੇ ਉਦੋਂ ਵਿਰਸਾ ਸਿੰਘ ਦੀ ਆਤਮਾ ਕਿੱਥੇ ਮਰ ਗਈ ਸੀ ਤੁਸੀਂ ਪਿੱਛੇ ਜਾਓ ਨਹੀਂ ਕਿ ਵਿਰਸਾ ਸਿੰਘ ਨਹੀਂ ਬੋਲ ਰਿਹਾ ਮੈਂ ਕਹ ਰਿਹਾ ਵਿਰਸੇ ਦੇ ਵਿੱਚੋਂ ਸੁਖਵੀਰ ਬਾਦਲ ਬੋਲ ਰਿਹਾ ਅਕਾਲੀਆਂ ਨੂੰ ਲੱਗਿਆ ਕਿ ਇਹ ਤੇ ਬੜਾ ਕੰਮ ਖਰਾਬ ਹੋ ਗਿਆ ਕਿਸੇ ਅਕਾਲੀ ਦਲ ਦਾ ਪ੍ਰਧਾਨ ਇਹ ਪਹਿਲੀ ਵਾਰੀ ਹਿਸਟਰੀ 'ਚ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਤਨਖਾਹਿਆ ਉਹ ਅਜੇ ਤੱਕ ਅਸਤੀਫਾ ਨਹੀਂ ਦੇ ਰਿਹਾ ਹੈ ਬੀਿੰਗ ਤਨਖਾਹਿਆ ਵੀ ਉਹ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਬੀਿੰਗ ਪ੍ਰਧਾਨ ਉਹਨੇ ਚਾਹਦੇ ਸੀ ਕਿ ਜਿਹੜੇ ਬਾਗੀ ਕੁਝ ਹੋਰ ਲੀਡਰਸ ਨੇ ਜਥੇਦਾਰ ਉਹਨਾਂ ਨੂੰ ਵੀ ਤਨਖਾਹਿਆ ਡਿਕਲੇਅਰ ਕਰਦੇ ਤਾਂ ਜੋ ਕਿ ਲਾਈਨ ਛੋਟੀ ਹੋ ਜਾ ਸਕੇ ਗਿਆਨੀ ਹਰਪ੍ਰੀਤ ਨੇ ਜਦੋਂ 328 ਸ੍ਰੂਪਾਂ ਵਾਲਾ ਮਸਲਾ ਕਮੇਟੀ ਬਣਾਈ ਹੈ ਬਾਦਲ ਗਰੁੱਪ ਨੇ ਉਦੋਂ ਵੀ ਚੀਕਾਂ ਮਾਰੀਆਂ ਨੇ ਹੁਣ ਦੇਖੋ ਕੱਲਾ ਵਿਰਸਾ ਨਹੀਂ ਚੀਕ ਰਿਹਾ ਹੈ ਉਹ ਜਿਹੜਾ ਐਸਪੀਸੀ ਦਾ ਪ੍ਰਧਾਨ ਹਰਚੰਦ ਸਿੰਘ ਧਾਮੀ ਹੈ ਉਹ ਵੀ ਕਹਿ ਰਿਹਾ ਕਿ ਜਥੇਦਾਰ ਨੂੰ ਸੰਜਮ ਚ ਰਹਿਣਾ ਚਾਹੀਦਾ ਇਹਨਾਂ ਦੀ ਟੌਪ ਲੀਡਰਸ਼ਿਪ ਹੁਣ ਕਹਿਣਾ ਸ਼ੁਰੂ ਹੋ ਗਿਆ ਹੈ ਕਿ ਜਥੇਦਾਰ ਜਿਹੜੇ ਅਕਾਲ ਤਖਤ ਤੇ ਬੈਠੇ ਹੈ 12ਵੇਂ ਗੁਰੂ ਨਾ ਬਣਾਓ ਕਿ 12ਵੇਂ ਗੁਰੂ ਨਹੀਂ ਹੈਗੇ ਇਸ ਲੈਵਲ ਦੀ ਤੁਹਾਡੀ ਜਿਹੜਾ ਵਿਰੋਧ ਕਰਨਾ ਬੜੀ ਸ਼ਰਮਨਾਕ ਗੱਲ ਹੈ ਜਿਹੜਾ ਕੌਮ ਦੇ ਵਿੱਚ ਇਹ ਬੜੇ ਡਿਸਕ੍ਰੈਡਿਟ ਹੋ ਗਏ ਸੀ ਜਥੇਦਾਰ ਕਿਉਂਕਿ ਇਹ ਬਾਦਲ ਦੇ ਤੋਤੇ ਬਣ ਕੇ ਬੋਲਦੇ ਸੀ ਅੱਜ ਜਿਹੜੇ ਜਥੇਦਾਰਾਂ ਨੇ ਕੋਈ ਗੱਲ ਲੌਜੀਕ ਨਾ ਕੀਤੀ ਹੈ ਤੇ ਕੌਮ ਨੂੰ ਕੌਮ ਦੇ ਵਿਦਵਾਨਾਂ ਨੂੰ ਉਹਨਾਂ ਮਗਰ ਖੜਨਾ ਚਾਹੀਦਾ ਹੈ ਸਸ਼ੀਕਲ ਜੀ ਬਿਰਸਾ ਸਿੰਘ ਵਟੋਹਾ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਇੱਕ ਵੀਡੀਓ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਆਇਆ ਅੱਖਾਂ 'ਚ ਹੰਝੂ ਸੀ ਤੇ ਬੇहद ਦਰਦ ਉਹਨਾਂ ਦਾ ਝਲਕਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਦੀ ਜ਼ਿੰਮੇਵਾਰੀਆਂ ਛੱਡਦਾ ਅਸਤੀਫਾ ਦਿਨਾ ਹਾਲਾਂਕਿ ਭਾਵੇਂ ਅਸਤੀਫਾ ਨਹੀਂ ਅੱਗੇ ਪ੍ਰਵਾਨ ਹੋ ਕਰਿਆ ਪਰ ਉਹਦੇ ਨਾਲ ਹੀ ਦੇਖਿਆ ਜਾਵੇ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਸ਼ੁਰੂਆਤ ਹੁੰਦੀ ਹੈ ਕਿ ਜਦੋਂ ਜੱਥੇਦਾਰ ਸਾਹਿਬ ਦੇ ਕੋਲੇ ਆਖਰ ਪੇਸ਼ੀ ਕਹਿ ਲਈਏ ਜਾਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਉਸ ਸਮੇਂ ਦੇ ਦੌਰਾਨ ਹੋਈਆਂ ਗੱਲਾਂ ਤੋਂ ਬਾਅਦ ਇਹ ਵਿਵਾਦ ਵੱਜ ਜਾਂਦਾ ਤੇ ਜੱਥੇਦਾਰ ਕਹਿੰਦੇ ਉਹ ਹਾਲਾਂਕਿ ਆਪਦਾ ਆਪ ਹੀ ਖੁਦ ਅਸਤੀਫਾ ਦੇ ਜਾਂਦੇ ਨੇ ਪਰ ਜਿਹੜੇ ਹੁਣ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਬੇहद ਹਾਲਾਤ ਅਕਾਲੀ ਦਲ ਵਾਸਤੇ ਵੀ ਚੁਣੌਤੀਪੂਰਨ ਬਣ ਗਏ ਤੇ ਦੂਜੇ ਪਾਸੇ ਇਹ ਵੀ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਹਰ ਪਾਸੇ ਇੱਕ ਵੱਡਾ ਵਿਰੋਧ ਖੜਾ ਹੋ ਰਿਹਾ ਐਡਵੋਕੇਟ ਸਿਮਰਨਜੀਤ ਸਿੰਘ ਮੇਰੇ ਨਾਲ ਨੇ ਸਿਕ ਚਿੰਤਕ ਦੇ ਤੌਰ ਤੇ ਸਿਮਰਨਜੀਤ ਜੀ ਪਹਿਲਾਂ ਤਾਂ ਇਹ ਦੇਖੀਏ ਸ਼ੁਰੂਆਤ ਜਿਹੜੀ ਹੋਈ ਉਹ ਜਥੇਦਾਰਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਸੀ ਮੁਲਾਕਾਤ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਜਿਸ ਕੰਟੈਕਸਟ ਦੇ ਵਿੱਚ ਹੋਈਆਂ ਉਹ ਸਾਰਾ ਜਿਹੜਾ ਪ੍ਰਕਰਨ ਤੁਸੀਂ ਦੇਖਿਆ ਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਸਰਵੋਤਮ ਨੇ ਸਾਡੇ ਸਰਮੋਰ ਨੇ ਸਰਮੋਰਾਂ ਦਾ ਕਦ ਇੱਥੇ ਤੱਕ ਰਹਿ ਗਿਆ ਵੀ ਅਸੀਂ ਆ ਕੇ ਬਾਹਰ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਚਰਚਾ ਕਰਦੇ ਆ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਦਾ ਵੀ ਸ਼ਾਇਦ ਓਡਾ ਵੱਡਾ ਕਦ ਉਹਨਾਂ ਦਾ ਨਹੀਂ ਜਦਕਿ ਅਦਾਲਤਾਂ ਦੇ ਤੌਰ ਤੇ ਜਦ ਅਸੀਂ ਦੇਖੀਏ ਤਾਂ ਅੱਜ ਵੀ ਮਾਨਯੋਗ ਜੱਜ ਕਹਿੰਦੇ ਆ ਚਾਹੇ ਕਿਸੇ ਕੋਰਟ ਦੇ ਹੋਣ ਤੇ ਉਹਨਾਂ ਦੇ ਫੈਸਲੇ ਨੂੰ ਪ੍ਰਵਾਨ ਕਰਿਆ ਜਾਂਦਾ ਜਦਕਿ ਇਹ ਤਾਂ ਇਹਨਾਂ ਦਾ ਕਦ ਤਾਂ ਉਸ ਤੋਂ ਵੀ ਜ਼ਿਆਦਾ ਉੱਪਰ ਹੈਗਾ ਦੇਖੋ ਦੋ ਕਿਸਮ ਦੀਆਂ ਅਦਾਲਤਾਂ ਹੁੰਦੀਆਂ ਨਹੀਂ ਜਿਵੇਂ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਸੈਸ਼ਨ ਕੋਰਟਸ ਨੇ ਇਹ دنیਵੀ ਅਦਾਲਤਾਂ ਨੇ ਔਰ ਸਿੱਖਾਂ ਨੇ ਜਿਹੜਾ ਅਕਾਲ ਦਾ ਤਖਤ ਬਣਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਸਾਡੇ ਰਿਲੀਜੀਅਸ ਲੀਡਰਸ ਨੇ ਬੜੇ ਸਰਬਉੱਚ ਹੈਗੇ ਨੇ ਕੌਮ ਇਹਨਾਂ ਨੂੰ ਮੰਨਦੀ ਹੈ ਤੇ ਤੁਸੀਂ ਦੇਖਿਆ ਹੈ ਕਦੇ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਕਿਸੇ ਬੰਦੇ ਨੇ ਆ ਕੇ ਬਾਅਦ ਜੱਜਾਂ ਨੂੰ ਗਾਲਾਂ ਕੱਢੀਆਂ ਹੋਣ ਤੇ ਇਹ ਬੜਾ ਅਜੀਬੋ ਗਰੀਬ ਕੰਮ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਲਗਾਤਾਰ ਅਕਾਲੀ ਪ੍ਰੋਪਗੇਟ ਕਰਦੇ ਸੀ ਕਿ ਇਹ ਜਿਹੜੇ ਅਕਾਲ ਤਖਤ ਦੇ ਉੱਪਰ ਬੈਠੇ ਹੋਏ ਨੇ ਇਹ ਸਰਵਉੱਚ ਹੈਗੇ ਨੇ ਤੀਂ ਅੱਜ ਆਪੀ ਇਹਨਾਂ ਨੇ ਜੁਟਣ ਲੈ ਲਿਆ ਹੈ ਕਿ ਤੁਸੀਂ ਵੇਖੋ ਕਿ ਕਦੇ ਅਦਾਲਤ ਵਿੱਚ ਕੋਈ ਬੰਦਾ ਰਿਕਾਰਡਿੰਗ ਨਹੀਂ ਕਰ ਸਕਦਾ ਜਿਹੜੇ ਇਹਨਾਂ ਦਾ ਫਾਰਮਰ ਐਮਐਲਏ ਹੈ ਵਿਰਸਾ ਸਿੰਘ ਵਲਟੋਹਾ ਜੀ ਉਹਨੇ ਜਥੇਦਾਰ ਸਾਹਿਬ ਦੀ ਰਿਕਾਰਡਿੰਗ ਕੀਤੀ ਹੈ ਜਿੱਥੇਦਾਰ ਸਾਹਿਬ ਤੇ ਇੱਕ ਲਾਈਆਂ ਨੇ ਵੀਡੀਓਜ਼ ਕੇ ਆਰਐਸਐਸ ਦਾ ਬੰਦਾ ਹੁਣ ਮੈਂ ਵਿਰਸ ਸਿੰਘ ਵਲਟੋਈ ਦੀ ਗੱਲ ਵਿਰਸ ਸਿੰਘ ਵਲਟੋਈ ਨਾਲ ਹੀ ਕਰਨੀ ਚਾਹੁੰਦਾ ਹੈ ਕਿ ਸਰਦਾਰ ਵਿਰਸ ਸਿੰਘ ਵਲਟੋਈ ਜੀ ਆਰਐਸਐਸ ਗਿਆਨੀ ਹਰਪੀਤਾ ਹੁਣ ਜਿੱਥੇਦਾਰ ਬਣੇ ਨੇ ਆਰਐਸਐਸ ਨਾ ਸੰਸਥਾ ਅਕਾਲੀ ਦਲ ਦੇ ਤੁਹਾਡੇ ਜਿਹੜੇ ਸੁਪਰੀਮੋਕ ਸੀ ਰਵੈਤੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 1971 ਚ ਆਰਐਸਐਸ ਨਾ ਦੀ سانس ਵਾਲੀ ਸੀ ਤੇ ਹਮੇਸ਼ਾ ਹੀ ਉਹ ਕਹ ਲੋ ਕਿ ਵਨ ਸਾਈਡਡ ਅਨ ਕੰਡੀਸ਼ਨਲ سپورਟ ਹੁੰਦੀ ਸੀ ਸਰਦਾਰ ਬਾਦਲ ਦੀ ਹੂੰ ਤੇ 1970 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਹੈ ਤੇ ਉਦੋਂ ਕਾਂਗਰਸ ਮਿਸਿਸ ਇੰਦਰਾ ਕੇਂਧੀ ਸੀਪੀ ਸਿੱਖਾ ਨੂੰ ਮੈਂ ਪੰਜਾਬੀ ਬੋਲਦੇ ਇਲਾਕੇ ਵੀ ਦਿਨੀਆਂ ਹੈ ਚੰਡੀਗੜ੍ਹ ਵੀ ਦਿਨੀਆਂ ਹੈ ਤੁਹਾਡੀਆਂ ਮੰਗਾ ਵੀ ਮੰਨਦੀ ਹੈ ਉਦੋਂ ਆਰਐਸਐਸ ਦੇ ਦਬਾਅ ਵਿੱਚ ਜਿਹੜਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆਰਐਸਐਸ ਨੂੰ سپورਟ ਕੀਤਾ ਹੈ ਉਦਿਹ ਰੈਕਸ਼ਨ ਵਿੱਚ ਦੇਖੋ ਕਿ ਇਹ ਦਰਬਾਰ ਸਾਹਿਬ ਵੀ ਟਾਈਟੇਰੀ ਹੁੰਦਾ ਅਕਾਲ ਤਖਤ ਸਭ ਤੇ ਅਟੈਕ ਹੁੰਦਾ ਹਜ਼ਾਰਾਂ ਸਿੱਖ ਮਰਦੇ ਹੁੰ ਹੂੰ ਜਿਹੜਾ ਸਰਦਾਰ ਵਿਰਸਾ ਸਿੰਘ ਆਰਐਸਐਸ ਨਾਲ ਕਰਦਾ ਥੋਡੀ ਤੇ ਗੰਢ ਹੈ ਤੁਸੀਂ ਉਦੋਂ ਵੀ ਵਿਰੋਧ ਨਹੀਂ ਕੀਤਾ ਜਿਹੜਾ ਹਰਬੰਸ لال ਖੰਨਾ ਜਿਹੜਾ ਬੀਜਪੀ ਦਾ ਐਮਐਲਏ ਸੀ ਅੰਮ੍ਰਿਤਸਰ ਤੋਂ ਉਹਨੇ ਦਰਬਾਰ ਸਾਹਿਬ ਦਾ ਮਾਡਲ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੋੜਿਆ ਔਰ ਤੇ ਪਿਸ਼ਾਬ ਕੀਤਾ ਉਹਦੀ ਜ਼ਾਦਗਰ ਜੇ ਤੋਂ ਬਣੀ ਹੈ ਅੰਦਰ ਅੰਮ੍ਰਿਤਸਰ ਦੇ ਵਿੱਚ ਰਬਨਸ ਲਾਲ ਖੰਨਾ ਦੀ ਉਹ ਐਡਵਾਨੀ ਉਹਦੀ ਇਨੌਗੁਰੇਸ਼ਨ ਕਰਕੇ ਗਿਆ ਅਕਾਲੀ ਦਲ ਕਿਤੇ ਵਰਸਾ ਸਿੰਘ ਬਲਟੋਏ ਦਾ ਅਕਾਲੀ ਦਲ ਦਾ ਵਿਰੋਧ ਮੈਂ ਤਾਂ ਨਹੀਂ ਸੁਣਿਆ ਹੈਗਾ ਜਦੋਂ ਸੁਸ਼ਮਾ ਸਵਰਾਜ ਜਿਹੜੀ ਭਾਜਪਾ ਦੀ ਲੀਡਰ ਸੀ ਅਕਾਲੀਆਂ ਦੀ ਸਟੇਜ ਤੇ ਉਹ ਆਰਐਸਐਸ ਦੀ ਬੋਲੀ ਬੋਲ ਕੇ ਗਈ ਹੈ ਕਿ ਚੰਦੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦੋਸ਼ੀ ਨਹੀਂ ਹੈ ਉਹਨੂੰ ਕਲੀਨ ਚਿੱਟ ਦਿੰਦੀ ਹੈ ਫਿਰ ਜਿਹੜੇ ਆਰੀਆ ਸਮਾਜੀ ਨੇ ਜਿਹੜੀ ਗੁਰਨਾਨਕ ਦੇ ਵੇਲੇ ਗੁਰਨਾਨਕ ਸਾਹਿਬ ਦਾ ਵਿਰੋਧ ਲਗਾਤਾਰ ਕਰਦੇ ਆ ਰਹੇ ਤੇ بڑا ਐਂਟੀ ਸਿੱਖ ਰੋਲ ਰਿਹਾ ਹੈ ਉਹ ਕੁਲਦੀਪ ਨਹੀਂ ਹੈ ਉਹ ਗੁਰਸਾਰ ਜਿਹੜੇ ਆਰਐਸ ਸਾਜੀ ਨੇ ਉਹ ਅਕਾਲੀ ਦਲ ਦੇ ਮੁੱਖ ਡਵਾਈਜ਼ਰ ਹੈਗੇ ਨੇ ਸਮੇਤ ਸੈਣੀ ਜਿਹਦੀਆਂ ਰੂਟਸ ਆਰਐਸ ਜਿਹੜੀਆਂ ਫੈਮਿਲੀ ਰੂਟਸ ਆਰਐਸਸ ਚ ਨਹੀਂ ਜਦੋਂ ਉਹਨੂੰ ਡੀਜੀਪ ਲਾਇਆ ਤੇ ਉਦੋਂ ਵਿਰਸਾ ਸਿੰਘ ਦੀ ਆਤਮਾ ਕਿੱਥੇ ਮਰ ਗਈ ਸੀ ਤਸੋ ਉਹ ਕਹਿੰਦੇ ਮੈਂ ਵਿਰੋਧ ਕਰਿਆ ਇਸ ਚੀਜ਼ ਦਾ ਖੁੱਲ ਕੇ ਕਹਿੰਦੇ ਨਾਲ ਦੀ ਨਾਲ ਮੈਂਨੇ ਵਿਰੋਧ ਕਰਿਆ ਕਹਿੰਦੇ ਹਾਲਾਂਕਿ ਉਹਨਾਂ ਨੇ ਤਾਂ ਇੱਥੇ ਟੱਕਰ ਵੀ ਕਿਹਾ ਕਹਿੰਦੇ ਜਿਹੜੀਆਂ ਉਹਨਾਂ ਦੇ ਲਾਈਵ ਜਾਂ ਮੀਡੀਆ ਹਾਊਸਸ ਕੋਲ ਉਹ ਬੋਲੇ ਨੇ ਕਿ ਮੈਂ ਇਸੀ ਦਾ ਸਭ ਤੋਂ ਵੱਡਾ ਵਿਰੋਧ ਕਰਿਆ ਤੇ ਮੈਂ ਇਹ ਗੱਲ ਕਹਿਣਾ ਕਹਿੰਦੇ ਵੀ ਸੁਖਵੀਰ ਬਾਦਲ ਤੇ ਇਹ ਨਹੀਂ ਕਹਿੰਦਾ ਵੀ ਗਲਤੀਆਂ ਨਹੀਂ ਹੋਈਆਂ ਹੋਈਆਂ ਨੇ ਸਖਤ ਸਜ਼ਾ ਦਿਓ ਤੁਸੀਂ ਪਰ ਉਹਦੇ ਨਾਲ 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 ਹੀ ਜੇ ਦੇਖਿਆ ਜਾਵੇ ਜਿੱਥੇਦਾਰਾਂ ਤੇ ਸਵਾਲ ਖੜਾਏ ਕਰਦੇ ਨੇ ਕਿ ਆਖਰਕਾਰ ਜਿਹੜੀ ਉਹਨਾਂ ਦੀ ਕਾਰਸ਼ੀਲਤਾ ਹੈਗਾ ਜਿਹਦੇ ਵਿੱਚ ਸਭ ਤੋਂ ਵੱਡਾ ਜੇ ਕਹੀਏ ਕਿ ਉਹ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਹੋਰਾਂ ਤੇ ਕਹ ਉਹਨਾਂ ਨੇ ਹਾਲਾਂਕਿ ਚੰਨੀ ਹੋਰਾਂ ਦੇ ਨਾਲ ਮੁਲਾਕਾਤ ਰਾਗੂ ਚੱਡਾ ਦੇ ਨਾਲ ਮੁਲਾਕਾਤ ਜਾਂ ਫਿਰ ਕਈ ਕਿ ਬੀਜੇਪੀ ਦੇ ਨਾਲ ਮੁਲਾਕਾਤ ਉਹ ਸਾਰੀਆਂ ਚੀਜ਼ਾਂ ਨੂੰ ਕਿ ਤਰ੍ਹਾਂ ਕਿਤੇ ਪੁਆਇੰਟ ਆਊਟ ਕਰਿਆ ਹੈ ਦੇਖੋ ਇਹ ਸ਼ੁਰੂਆਤ ਹੁੰਦੀ ਹੈ ਸਰਦਾਰ ਗੁਰਚਨ ਸਿੰਘ ਟੋਹਰੇ ਦੇ ਵੇਲੇ ਤੋਂ ਗਰਚਨ ਸਿੰਘ ਟੋਹਰਾ ਕੀ ਕਰਦਾ ਸੀ ਕਿ ਜਥੇਦਾਰਾਂ ਨੂੰ ਉਹਨੇ ਮੌਤ ਪੀਸ ਬਣਾ ਲਿਆ ਜਿਹੜਾ ਵੀ ਰਾਜਨੀਤਿਕ ਫੈਸਲਾ ਲੈਣਾ ਹੁੰਦਾ ਸੀ ਉਹ ਜਥੇਦਾਰ ਦੇ ਮੂੰਹ ਚ ਪਾ ਕੇ ਕਰਾ ਲੈਂਦਾ ਸੀ ਉਸੇ ਰਵਾਇਤ ਨੂੰ ਪ੍ਰਕਾਸ਼ ਸਿੰਘ ਬਾਦਲ ਨੇ 99 ਸਟੇਕਓਵਰ ਕਰ ਲਿਆ ਤੇ ਜਿਹੜੀ ਵਰਸਾ ਸਿੰਘ ਵਲਟੋਏ ਦੀ ਗੱਲ ਹੈ ਮਤਲਬ ਤੁਸੀਂ ਪਿੱਛੇ ਜਾਉ ਨਹੀਂ ਕਿ ਵਰਸਾ ਸਿੰਘ ਨਹੀਂ ਬੋਲ ਰਿਹਾ ਮੈਂ ਕਹ ਰਿਹਾ ਵਰਸੇ ਦੇ ਵਿੱਚੋਂ ਸੁਖਵੀਰ ਬਾਦਲ ਬੋਲ ਰਿਹਾ ਹੈ ਹਮਮ ਕਾਰਨ ਕੀ ਹੈ ਕਿ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਤਖਤ ਉੱਪਰ ਜਥੇਦਾਰਾਂ ਨੇ ਤਨਖਾਹਾਂ ਡਿਕਲੇਅਰ ਕਰ ਦਿੱਤਾ ਹੈ ਜਿਹੜੇ ਤਨਖਾਹਾਂ ਹੈ ਉਹਨੂੰ ਕੋਈ ਵੀ ਸਿੱਖ ਮਿਲ ਨਹੀਂ ਸਕਦਾ ਜਦ ਤੱਕ ਉਹ ਕਾਲ ਤੱਕ ਤਿਆਬ ਦੀ ਸਜ਼ਾ ਪੂਰੀ ਨਹੀਂ ਕਰਦਾ ਹੁਣ ਸੁਖਵੀਰ ਸਿੰਘ ਬਾਦਲ ਆਈਸੋਲੇਟ ਹੋ ਗਿਆ ਹੈ ਜਦੋਂ ਉਹ ਇਕੱਲਾ ਹੀ ਸਜ਼ਾ ਲੱਗੀ ਹੈ ਫਿਰ ਅਕਾਲੀਆਂ ਨੂੰ ਲੱਗਿਆ ਕਿ ਇਹ ਤਾਂ ਬੜਾ ਕੰਮ ਖਰਾਬ ਹੋ ਗਿਆ ਹੈ ਕਿਸੇ ਅਕਾਲੀ ਦਲ ਦਾ ਪ੍ਰਧਾਨ ਇਹ ਪਹਿਲੀ ਵਾਰੀ ਹਿਸਟਰੀ 'ਚ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਤਨਖਾਈਆ ਉਹ ਅਜੇ ਤੱਕ ਅਸਤੀਫਾ ਨਹੀਂ ਦੇ ਰਿਹਾ ਹੈਗਾ ਬੀਇੰਗ ਤਨਖਾਈਆ ਵੀ ਉਹ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਬੀਇੰਗ ਪ੍ਰਧਾਨ ਉਹਨੇ ਚਾਹਦੇ ਸੀ ਕਿ ਜਿਹੜੇ ਬਾਗੀ ਕੁਝ ਹੋਰ ਲੀਡਰਸ ਨੇ ਜਥੇਦਾਰ ਉਹਨਾਂ ਨੂੰ ਵੀ ਤਨਖਾਈਆ ਡਿਕਲੇਅਰ ਕਰ ਦੇ ਤਾਂ ਜੋ ਕਿ ਲਾਈਨ ਛੋਟੀ ਹੋ ਜਾ ਸਕੇ ਮੈਂ ਮੈਨੂੰ ਗੱਲ ਕਨਕਲੂਡ ਕਰ ਲੈਂਦਾ ਹਾਂ ਉਹ ਜਿਹੜੀ ਗੱਲ ਅਕਾਲ ਤੱਕ ਸਭ ਤੋਂ ਪੋਸੀਬਲ ਨਹੀਂ ਹੋਈ ਹੁਣ ਸੁਖਵੀਰ ਚੰਦਾ ਸੀ ਕਿ ਮੈਂ ਇਲੈਕਸ਼ਨ ਲੜਨੀ ਹੈ ਕਿਦਰ ਵਾਹਤ ਹੈ ਕਿ ਜੇ ਮੇਰੀ ਮਨਮਰਜ਼ੀ ਦਾ ਫੈਸਲਾ ਹੋਏ ਜਥੇਦਾਰ ਜਿਵੇਂ ਅਦਾਲਤ ਪ੍ਰੀਪੌਨ ਡੇਟ ਛੋਟੀ ਕਰ ਦਿੰਦੀ ਹੈ ਫਟਾਫਟ ਛੋਟੀ ਡੇਟ ਕਰਕੇ ਤੇ ਛੋਟੀ ਮੋਟੀ ਸਜ਼ਾ ਲਾ ਕੇ ਸੁਖਵੀਰ ਨੂੰ ਕਹਿਣ ਕਿ ਤੂੰ ਹੁਣ ਮੁਕਤ ਹੋ ਗਿਆ ਹੈ ਜਥੇਦਾਰਾਂ ਨੇ ਕਿਹਾ ਕਿ ਸ਼ਤਾਬਦੀਆਂ ਆ ਰਹੀਆਂ ਨੇ ਸਿੱਖਾਂ ਦਾ ਬੜਾ ਸਟੇਕ ਹੈ ਅਕਾਲ ਤੱਕ ਦੇ ਜਥੇਦਾਰਾਂ ਦੀ ਕਰੈਡੀਬਿਲਟੀ ਆਲਰੇਡੀ ਬੜੀ ਡਾਊਟਫੁਲ ਹੋਈ ਪਈ ਆ ਲੋਕਾਂ ਚ ਵਿਸ਼ਵਾਸ ਟਟਿਆ ਹੈ ਪਿਛਲੇ ਸਮੇਂ ਚ ਸੋ ਜਦੋਂ ਜਥੇਦਾਰਾਂ ਨੇ ਕਿਹਾ ਹੈ ਕਿ ਅਸੀਂ ਸ਼ਤਾਬਦੀਆਂ ਤੋਂ ਬਾਅਦ ਸੁਖਵੀਰ ਨੂੰ ਕਾਲ ਕਰਾਂਗੇ ਪੰਥ ਤੇ ਸਾਰੀਆਂ ਧਿਰਾਂ ਨੂੰ ਪ੍ਰੋਸੈਸ ਲੈ ਕੇ ਅਸੀਂ ਇਤਿਹਾਸਿਕ ਫੈਸਲਾ ਦੇਵਾਂਗੇ ਜੋ ਜਥੇਦਾਰਾਂ ਨੂੰ ਦੇਣਾ ਚਾਹੀਦਾ ਹੈ ਸੋ ਹੁਣ ਸੁਖਵੀਰ ਆਪ ਨਹੀਂ ਬੋਲ ਰਿਹਾ ਜਿਵੇਂ ਹਰ ਪਾਰਟੀ ਨੇ ਅਟੈਕ ਡੌਗਸ ਰੱਖਿਓ ਏ ਕਿਸ ਜਿਹੜੇ ਬੰਦੇ ਉਹਨਾਂ ਦੇ ਵਿਹਾਫ ਤੇ ਵਿਰੋਧੀਆਂ ਨੂੰ ਅਟੈਕ ਕਰਦੇ ਸੋ ਇਹ ਵਿਰਸ ਸਿੰਘ ਵਲਟੋਆ ਨਹੀਂ ਬੋਲ ਰਿਹਾ ਇਹ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਤੁਸੀਂ ਕਹਿ ਰਹੇ ਹੋ ਵੀ ਉਹ 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 ਉਹਨਾਂ ਦੀ ਗੱਲ ਕਹਿ ਰਹੇ ਨੇ ਜਿਹੜੀ ਆਖਰ ਸੁਖਬੀਰ ਬਾਦਲ ਕਹਿ ਰਹੇ ਬਿਲਕੁਲ ਬਿਲਕੁਲ ਇਹੋ ਗੱਲ ਚਾਹੁੰਦੇ ਨੇ ਵੀ ਫਟਾਫਟ ਇਹਨੂੰ ਰਫਾ ਦਫਾ ਕਰੋ ਜਥੇਦਾਰ ਚਾਹੁੰਦੇ ਨਹੀਂ ਵੀ ਕੌਮ ਦੀ ਅੱਗੇ ਆਲਰੇਡੀ ਕੌਮ ਦੀ ਨਜ਼ਰ ਸਕਰੈਕਟੇਬਿਲਟੀ ਬਹੁਤ ਡਾਊਨ ਹੋਈ ਹੈ ਜਥੇਦਾਰਾਂ ਦੀ ਤੇ ਸੋ ਜਿੱਥੋਂ ਤੱਕ ਗਿਆਨੀ ਹਰਪ੍ਰੀਤ ਦੀ ਗੱਲ ਹੈ ਤੇ ਇਹ ਨਿੱਜੀ ਤੌਰ ਤੇ ਮੈਂ ਬਹੁਤ ਲੰਬੇ ਸਮੇਂ ਬਾਅਦ ਦੇਖੇ ਨਹੀਂ ਕਿ ਗਿਆਨੀ ਹਰਪ੍ਰੀਤ ਐਜੂਕੇਟਿਡ ਬੰਦਾ ਹੈ ਜਿਹੜਾ ਅਕਾਲ ਤਖਤ ਸਾਬ ਦਾ ਜਥੇਦਾਰ ਹੈ ਉਹ ਸਰਵ ਪ੍ਰਮਾਨਿਤ ਹੋਣਾ ਚਾਹੀਦਾ ਹੈ ਅਕਾਲ ਤਖਤ ਤੇ ਸਿੱਖ ਨਹੀਂ ਵੀ ਜਾਣਾ ਤੇ ਗੈਰ ਸਿੱਖ ਨੇ ਵੀ ਆਉਣਾ ਹੈ ਫਿਰ ਅਕਾਲ ਤਖਤ ਉੱਪਰ ਕਾਂਗਰਸੀ ਅਕਾਲੀ ਭਾਜਪੀ ਕਾਮਰੇਡ ਸਾਰੇ ਨਹੀਂ ਆਣਾ ਹੈ ਤੇ ਜਥੇਦਾਰ ਉਹ ਹੋਣਾ ਚਾਹੀਦਾ ਜਿਹੜਾ ਸਰਵ ਪ੍ਰਮਾਨਿਤ ਹੋਏ ਸਾਰਿਆਂ ਨੂੰ ਸੁਨੇ ਮਰਜ਼ੀ ਆਪਦੀ ਕਰੇ ਡਿਸੀਜਨ ਹੋਵੇ ਪੰਥਕ ਹੋਣੇ ਚਾਹੀਦੇ ਨੇ ਗਿਆਨੀ ਹਰਪ੍ਰੀਤ ਨੇ ਜਦੋਂ 328 ਰੁਪਿਆਂ ਵਾਲਾ ਮਸਲਾ ਕਮੇਟੀ ਬਣਾਈ ਹੈ ਬਾਦਲ ਗਰੁੱਪ ਨੇ ਉਹਦੋਂ ਵਿਚੀਕਾ ਮਾਰੀਆਂ ਨੇ ਹੁਣ ਦੇਖੋ ਕੱਲਾ ਵਿਰਸਾ ਨਹੀਂ ਚੀਕ ਰਿਹਾ ਹੈ ਜਿਹੜਾ ਐਸਪੀਸੀ ਦਾ ਪ੍ਰਧਾਨ ਹਰਚੰਦ ਸਿੰਘ ਧਾਮੀ ਹੈ ਉਹ ਵੀ ਕਹਿ ਰਿਹਾ ਵੀ ਜਥੇਦਾਰ ਨੂੰ ਸੰਜਮ ਚ ਰਹਿਣਾ ਚਾਹੀਦਾ ਹੈ ਜਦੋਂ ਕਿ ਅਕਾਲ ਤਖਤ ਉੱਪਰ ਫੇਰ ਇਹ ਅਕਾਲੀਆਂ ਨੇ ਨਵਾਂ ਨੈਰੇਟਿਵ ਸ਼ੁਰੂ ਕਰ ਦਿੱਤਾ ਹੈ ਦੇਖੋ ਮਤਲਬ ਇੰਨੇ ਬੁਖਲਾਗੇ ਨੇ ਇੰਨੇ ਇਹ ਥੱਲੇ ਵਾਲੇ ਲੇਬਲ ਤੇ ਚਲੇ ਗਏ ਨੇ ਇਹਨਾਂ ਦੀ ਟੌਪ ਲੀਡਰਸ਼ਿਪ ਹੁਣ ਕਹਿਣਾ ਸ਼ੁਰੂ ਹੋ ਗਿਆ ਹੈ ਕਿ ਜਥੇਦਾਰ ਜਿਹੜੇ ਅਕਾਲ ਤਖਤ ਤੇ ਬੈਠੇ ਹੈ 12ਵੇਂ ਗੁਰੂ ਨਾ ਬਣਾਓ ਇਹ 12ਵੇਂ ਗੁਰੂ ਨਹੀਂ ਹੈਗੇ ਇਸ ਲੈਵਲ ਦੀ ਤੁਹਾਡੀ ਜਿਹੜਾ ਵਿਰੋਧ ਕਰਨਾ ਬੜੀ ਸ਼ਰਮਨਾਕ ਗੱਲ ਹੈ। ਪਰ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਹੈ ਸਿਮਰਤ ਜੀ ਜਿਵੇਂ ਜਦੋਂ ਪਹਿਲੇ ਦਿਨ ਤੋਂ ਜੇ ਕਹੀਏ ਭਾਜਪਾ ਨੂੰ ਲੈ ਕੇ ਜਿਹੜਾ ਵਿਰੋਧ ਸ਼ੁਰੂ ਹੋਇਆ ਹੈਗਾ ਯਾਨੀ ਕਿ ਉਹਦੇ ਵਿੱਚ ਬਾਰੀ-ਬਾਰੀ ਅਕਾਲੀ ਦਲੇ ਗੱਲ ਕਹਿੰਦਾ ਰਿਹਾ ਕਿ ਆਰਐਸਐਸ ਨਾਗਪੁਰ ਅਟੈਕ ਕਰ ਰਿਹਾ ਹੈ। ਇਸ ਵਾਰ ਵੀ ਕਿ ਤਰ੍ਹਾਂ ਕਿਸੇ ਉਸ ਚੀਜ਼ ਦੀ ਝਲਕ ਦੇਖਣ ਨੂੰ ਮਿਲੀ ਕਿ ਸੱਚੀਓ ਹਾਲਾਂਕਿ ਤੁਸੀਂ ਪਹਿਲਾਂ ਇਹ ਚੀਜ਼ ਜਿਵੇਂ ਸਪਸ਼ਟ ਕਰੀ ਆ ਪਰ ਦੁਬਾਰਾ ਇਹ ਗੱਲ ਕਰੀਏ ਕਿਉਂਕਿ ਸਭ ਤੋਂ ਜ਼ਿਆਦਾ ਰੋਲ ਦਿਖਾਇਆ ਜਾਂਦਾ ਹੈ ਭਾਜਪਾ ਕਹਿੰਦੀ ਹੈ ਵੀ ਸਾਨੇ ਕੀ ਲੈਣਾ ਸਾਨੂੰ ਇਸ ਚੀਜ਼ ਦਾ ਕੋਈ ਵਿੱਚ ਮਤਲਬ ਨਹੀਂ ਹੈ। ਫਿਰ ਆਰਐਸਐਸ ਭਾਜਪਾ ਨੂੰ ਵਿੱਚ ਦਿਖਾ ਕੇ ਜਾਂ ਉਡੀ ਤਾਂ ਹੈਗੀ ਆ ਅਕਾਲੀ ਦਲ ਸਿੱਧੇ ਤੌਰ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰੋ ਮੈਂ ਅਕਾਲੀ ਦਲ ਨੂੰ ਸਵਾਲ ਪੁੱਛਣਾ ਚਾਹਨਾ ਹੈ ਜਦੋਂ 1999 ਦੇ ਵਿੱਚ ਭਾਈ ਰਣਜੀਤ ਸਿੰਘ ਬੀਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨੇ ਕਹਿਇਆ ਸੀ ਕਿ ਕੌਮ ਨੂੰ ਇੱਕ ਸਟੇਜ ਤੇ ਇਹ ਜਿਹੜਾ 300 ਸਾਲਾ ਬੜਾ ਹਿਸਟੋਰੀਕਲ ਇਵੈਂਟ ਹੈ ਔਰ ਸਾਰੀ ਕੌਮ ਨੂੰ ਇੱਕ ਸਟੇਜ ਤੇ ਇਕੱਠੇ ਹੋਣਾ ਚਾਹੀਦਾ ਉਦੋਂ ਇਹ ਕਹਿੰਦੇ ਸੀ ਅਸੀਂ ਇਕੱਠੇ ਨਹੀਂ ਹੋਣਾ ਇਹਨਾਂ ਨੇ ਗਿਆਨੀ ਆਪਣੇ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਵੀ ਅਹੁਦੇ ਤੋਂ ਲਾਇਆ ਫੇਰੇ ਨਾ ਨੇ ਜਿਹੜੇ ਦੂਜੇ ਦੂਜੇ ਕਾਲੀ ਲੀਡਰਸ਼ਿਪ ਉਹਨਾਂ ਨੂੰ ਆਪਦੀ ਸਟੇਜ ਤੇ ਨਹੀਂ ਬੈਠਣ ਦਿੱਤਾ ਇਹਨਾਂ ਦੀ ਸਟੇਜ ਤੇ ਕੌਣ ਬੈਠੀ ਆਰਐਸਐਸ ਉਹ ਜਿਹੜੀ 100 ਗਰਾਉਂਡ ਦੀ ਗ੍ਰਾਂਟ ਆਈ ਸੀ ਉਸ ਗ੍ਰਾਂਟ ਦੇ ਵਿੱਚ ਪਿੰਡਾਂ ਦੇ ਡੇਰੇਆਂ ਚ ਪਿੰਡ ਪਿੰਡ ਆਰਐਸਐਸ ਨੂੰ ਲੈ ਕੇ ਜਾਣ ਵਾਲੇ ਕੌਣ ਨੇ ਇਹ ਅਕਾਲੀ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਕਰਦੇ ਆਂ ਕਿ ਗਿਆਨੀ ਹਰਪ੍ਰੀਤ ਆਰਐਸਐਸ ਹੈਗੀ ਹੈ ਤੇ ਆਰਐਸਐਸ ਨਾਲ ਤੁਹਾਡੀਆਂ ਜੜਾਂ ਤੇ ਡੂੰਘੀਆਂ ਨੇ ਜਿਹੜਾ ਸੁਦਰਸ਼ਨ ਸੀ ਆਰਐਸਐਸ ਦਾ ਮੁਖੀ ਬਾਦਲ ਯੁੱਧਕੁਲ ਜਾਂਦਾ ਸੀ ਨਾ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਅਜ਼ੁੱਦਿਆ ਅੰਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤੇ ਇਹ ਬੇਸ਼ਰਮ ਜਿਹੜੇ ਸੀ ਅਵਤਾਰ ਸਿੰਘ ਹਿੱਤ ਦੀ ਅਗਵਾਈ ਸੀ ਇਹ ਅਕਾਲੀ ਦਲ ਜੱਥੇ ਲੈ ਕੇ ਗਿਆ ਨਾ ਆਰਐਸਐਸ ਦੇ ਪ੍ਰੈਸ਼ਰ ਵਿੱਚ ਤੇ ਇਹਨਾਂ ਨੂੰ ਅੱਜ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਕਰਦੇ ਆ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਦੱਸੋ ਜਿਹੜੀ ਗੱਲ ਉਹਨਾਂ ਦੀ ਮੈਂ ਇੱਕ ਇੰਟਰਵਿਊ 'ਚ ਸੁਣੀ ਵਟਵਾ ਹੋਣਾ ਦੀ ਉਹ ਕਹਿੰਦੇ ਵੀ ਇਹ ਜੀ ਚੰਨੀ ਦੇ ਚੰਨੀ ਦੇ ਵੀ ਉਹਨਾਂ ਦੇ ਵਿਆਹ ਤੇ ਗਏ ਸੀਗੇ ਇਹ ਗਿਆਨੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿੰਮੇ ਭਾਪੀ ਨੂੰ ਲੈ ਕੇ ਗਏ ਵੈਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜੇ ਜਥੇਦਾਰ ਨੇਗੇ ਉਹ ਸਭ ਨੂੰ ਮਨਜ਼ੂਰ ਹੋਣੇ ਚਾਹੀਦੇ ਨੇ ਸਾਰੇ ਉਹਨਾਂ ਨੂੰ ਮਿਲ ਸਕਦੇ ਨੇ ਜਥੇਦਾਰਾਂ ਦੇ ਮਿਲਣ ਨੂੰ ਲੈ ਕੇ ਕੀ ਸਵਾਲ ਹੋ ਸਕਦਾ ਵੀ ਉਹ ਕਿਹਨੂੰ ਮਿਲ ਰਹੇ ਨੇ ਕਿਹਨੂੰ ਨਹੀਂ ਮਿਲਦੇ ਜਾਂ ਕਿਹਨੂੰ ਨਹੀਂ ਮਿਲਣਾ ਚਾਹੀਦਾ ਉਹਨਾਂ ਨੂੰ ਕਿਉਂ ਉਹਨਾਂ ਦੀ ਨੇੜਤਾ ਹੈ ਦੇਖੋ ਇਹਨਾਂ ਦੀ ਨਜ਼ਰ ਤੇ ਜਿਹੜਾ ਜਥੇਦਾਰ ਆ ਉਹ ਇੱਕ ਸਧਾਰਨ ਗਰੰਥੀ ਹੈ ਕਿਸੇ ਗਰੰਥੀ ਨੂੰ ਚੁੱਕ ਕੇ ਲਾ ਦਿੰਦੇ ਨੇ ਮੁੜ ਕੇ ਕਹਿੰਦੇ ਨੇ ਸਾਡੇ ਪਿੰਜਰੇ ਚ ਤੋਤਾ ਹੈ ਇਹ ਬادل-ਬਾਦਲੀ ਕਰੂਗਾ ਇਹ ਦੂਜੀ ਗੱਲ ਨਹੀਂ ਕਰ ਸਕਦਾ ਤੇ ਬੜੇ ਲੰਬੇ ਸਮੇਂ ਬਾਅਦ ਉਹ ਨੈਰੇਟਿਵ ਟੁੱਟਿਆ ਹੈ ਤੋਤੇ ਆ ਨੇ ਪਿੰਜਰਾ ਤੋੜ ਦਿੱਤਾ ਹੁਣ ਉਹ ਆਜ਼ਾਦ ਹੋ ਗਏ ਨੇ ਸਮਝ ਲਓ ਇਹਨਾਂ ਦਾ ਜਿਹੜਾ ਜਾਲ ਸੀ ਉਹ ਉਡਾ ਕੇ ਲੈ ਗਏ ਨੇ ਇਹ ਤਾਂ ਹੁਣ ਹੈਗੇ ਨਹੀਂ ਕਿ ਹੁਣ ਜਥੇਦਾਰ ਸੱਚ ਕਿਉਂ ਬੋਲ ਰਹੇ ਤੇ ਇਹਨੂੰ ਪੁੱਛੋ ਵੀ ਜਥੇਦਾਰ ਤੁਹਾਡਾ ਗੁਲਾਮ ਕਿਵੇਂ ਹੋ ਸਕਦਾ ਹੈ ਜੇ ਚੰਨੀ ਹੈ ਚਾਹੇ ਕੋਈ ਹੋਰ ਹੈਗਾ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਲੀਡਰ ਹੈ ਜਿਹੜਾ ਮੈਂ ਤੁਹਾਨੂੰ ਪਹਿਲੇ ਸ਼ੁਰੂ ਕੀਤਾ ਅਕਾਲ ਤਖਤ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਬੜੀ ਸੁਪਰੀਮ ਹੈ ਮਿਲ ਸਕਦਾ ਉਹ ਗਲਤ ਕਰ ਸਕਦਾ ਹਾਂਜੀ ਬੜੀ ਸੁਪਰੀਮ ਹੈਗੀ ਹੈ ਦੇਖੋ ਗੁਰਨਾਨਕ ਪਾਤਸ਼ਾਹ ਦੇ ਨਾਲ Hindu ਵੀ ਚੱਲ ਰਿਹਾ ਹੈ ਮੁਸਲਮਾਨ ਵੀ ਚੱਲ ਰਿਹਾ ਹੈ ਇਹ ਇਹਨਾਂ ਦੀ ਇਹਨਾਂ ਲੋਕਾਂ ਨੇ ਅਕਾਲ ਤਖਤ ਸਾਹਿਬ ਨੂੰ ਇੰਨਾ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਹਰ ਬੰਦੇ ਨੂੰ ਤੋੜ ਰਹੇ ਨੇ ਤੇ ਜਥੇਦਾਰ ਸਾਹਿਬ ਨਹੀਂ ਕੋਈ ਮੈਨੂੰ ਲੱਗਦਾ ਜੇ ਚੰਨੀ ਦੇ ਵਿਆਹ ਚਲਾ ਗਿਆ ਹੈ ਤੁਰਛ ਕਿਹੜਾ ਗਨਾਹ ਹੋ ਗਿਆ ਉਹ ਅਕਾਲੀਆਂ ਦੇ ਵਿਆਹ ਚ ਨਹੀਂ ਜਾਂਦਾ ਜੇ ਸੁਚੇਤ ਸਿੰਘ ਲੰਗਾ ਵਰਗੇ ਦੇ ਬੱਚਿਆਂ ਦੇ ਜਿਹੜੇ ਪੱਤੀ ਬੱਚੇ ਨੇ ਉਹਨਾਂ ਦੇ ਵਿਆਹਾਂ ਚ ਜਥੇਦਾਰ ਜਾ ਸਕਦੇ ਨੇ ਅਕਾਲੀ ਜਾ ਸਕਦੇ ਨੇ ਤੇ ਫਿਰ ਚੰਨੀ ਦੇ ਤੇ ਕੋਈ ਏਡੀ ਗੱਲ ਨਹੀਂ ਜੇ ਚੱਲੇ ਗਿਆ ਉਚੀਵਨਸਰ ਸੀ ਪੰਜਾਬ ਦਾ ਇਹ ਚ ਦੂਜੇ ਪਾਸੇ ਦੇਖੀਏ ਜਿਹੜਾ ਹੁਣ ਕੱਲ ਵੀਡੀਓ ਜਾਂ ਕਹੀਏ ਕਿ ਜਿਹੜਾ ਚਲੋ ਵੀਡੀਓ ਗਾਨੀ ਜੀ ਹੋਰਾਂ ਦਾ ਆਇਆ ਅੱਖਾਂ 'ਚ ਹੰਝੂ ਬੇਵਸੀ ਉਹ ਉਹਨਾਂ ਨੇ ਹਾਲਾਂਕਿ ਕਿਤੇ ਨਾ ਕਿਤੇ ਇਹ ਦਿਖਾਇਆ ਵੀ ਠੀਕ ਹੈ ਮੈਂ ਕਮਜ਼ੋਰ ਭਾਵੇਂ ਨਹੀਂ ਹਾਂ ਪਰ ਉਹਨਾਂ ਨੇ ਆਪਦੇ ਪਰਿਵਾਰ ਦੀ ਬੱਚਿਆਂ ਨੂੰ ਲੈ ਕੇ ਜਿਹੜੀ ਗੱਲ ਕਹੀ ਇਸ ਤਰ੍ਹਾਂ ਦੇ ਨਾਲ ਜੇਕਰ ਕਿਸੇ ਸ਼ਖਸ ਦੇ ਕਰਕੇ ਜਥੇਦਾਰਾਂ ਦਾ ਇਸ ਇਹ ਸਥਿਤੀ ਬਣ ਜਾਂਦੀ ਹੈ ਉਹ ਕਿੱਡੀ ਕਬਡੀ ਕੌਮ ਦੇ ਲਈ ਕਿੱਡੀ ਕਬਡੀ ਜੀ ਦੇਖਿਆ ਜਾਵੇ ਕੱਲ ਨੂੰ ਗਲਤ ਹੈ ਖਤਰਨਾਕ ਹੈ ਜਾਂ ਨੂੰ ਕੀ ਮਾਇਨੇ ਸੀ ਸਮਝ ਸਕਦੇ ਦੇਖੋ ਗਿਆਨੀ ਹਰਪ੍ਰੀਤ ਵਾਰੇ ਜਿਹੜਾ ਮੈਂ ਨਿੱਜੀ ਤੌਰ ਤੇ ਜਾਣਦਾ ਉਹ ਡਾਕਟਰ ਹੈਗੇ ਨੇ ਪੀ ਐਚ ਡੀ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਵਿਜ਼ਨ ਹੈ ਵਿਜ਼ਨ ਤੇ ਵਿਜ਼ਡਮ ਬਹੁਤ ਦੂਰਦਰਸ਼ੀ ਹੈ ਉਹਨਾਂ ਨੂੰ ਸਿੱਖੀ ਦੇ ਨਾਲ ਨਾਲ ਅਕ੍ਰੋਸ ਦਾ ਅਦਰ ਰੈਲੀਜਨ ਵੀ ਪੂਰਾ ਗਿਆਨ ਹੈ ਤੇ ਉਹ ਸਾਰੀ ਤਰ੍ਹਾਂ ਦੇ ਮੁਖੀਆਂ ਨਾਲ ਵੀ ਮਿਲਦੇ ਨੇ ਐਕ੍ਰੋਸ ਦਾ ਪਾਰਟੀ ਸਾਰੇ ਲੋਕਾਂ ਨਾਲ ਉਹਨਾਂ ਦੀ ਚਰਚਾ ਹੁੰਦੀ ਹੈ ਉਹਨਾਂ ਦੇ ਡਰਾਇੰਗ ਰੂਮ ਚ ਤੁਹਾਨੂੰ ਹਰ ਕਿਸਮ ਦਾ ਬੰਦਾ ਮਿਲੇਗਾ ਤੇ ਜਿਹੜੀ ਸਿੰਘ ਸਾਹਿਬ ਦੇ ਕੁਝ ਨਿੱਜੀ ਗੱਲਾਂ ਨੇ ਮੈਂ ਨਹੀਂ ਸ਼ੇਅਰ ਕਰਨਾ ਚਾਹਾਂਗਾ ਜਿਸ ਕਿਸਮ ਦਾ ਇਹਨਾਂ ਨੇ ਬੱਚਿਆਂ ਤੇ ਅਟੈਕ ਕੀਤਾ ਹੈ ਤੇ ਇਹ ਤਾਂ ਬਹੁਤ ਸ਼ਰਮਨਾਕ ਗੱਲ ਹੈ ਕਿ ਵਿਰਸਾ ਸਿੰਘ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਲੋਕ ਸਿੱਖ ਤਾਂ ਲੋਕਾਂ ਦੀਆਂ ਬੱਚਿਆਂ ਦੀ ਰੱਖਿਆ ਕਰਦੇ ਨੇ ਤੇ ਵਿਰਸਾ ਸਿੰਘ ਦੇ ਬਾਰੇਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਇੱਕ ਬੜਾ ਸ਼ਰੀਫ ਅਕਾਲੀ ਲੀਡਰ ਸੀ ਉਸ ਏਰੀਆ ਦਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਨੂੰ ਕੁਝ ਬੰਦਿਆਂ ਨੇ ਉਹਦੇ ਪਿੰਡਦਿਆਂ ਨੇ ਪਰਿਵਾਰ ਦਾ ਤੇ ਕਈ ਜ਼ਿ ਕਤਲ ਕਰ ਦਿੱਤੇ ਸੀ ਉੱਥੇ ਹੀ ਵਿਰਸਾ ਸਿੰਘ ਨੇ ਆਪਦਾ ਮੁੰਡਾ ਵਿਆਇਆ ਨਾਂ ਤੱਕਦੇ ਸੁਖਵੀਰ ਸਿੰਘ ਬਾਦਲ ਨੇ ਪੁੱਛਿਆ ਹੈ ਕਿ ਤੂੰ ਕਿਹੋ ਜਿਹਾ ਅਕਾਲੀ ਹੈਗਾ ਤੇ ਇਹ ਤੇ ਬਿਸ਼ਰਮੀ ਦੀ ਹੱਦ ਹੈ ਵਿਰਸਾ ਸਿੰਘ ਦੀ ਵਿਰਸਾ ਸਿੰਘ ਨਹੀਂ ਬੋਲ ਰਿਹਾ ਇਹਦੇ ਪਿੱਛੋਂ ਅਕਾਲੀ ਦਲ ਬੋਲ ਰਿਹਾ ਹੈ ਹੁਣ ਵਰਸਾ ਸਿੰਘ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜਿਹੜੀ ਐਸਪੀਸੀ ਹੈਗੀ ਹੈ ਧਾਮੀ ਸਾਹਿਬ ਨੇ ਉਹ ਵੀ ਕਹਿ ਰਹੇ ਨੇ ਕਿ ਜਥੇਦਾਰ ਨੂੰ ਸੰਕੋਚ ਕੇ ਬੋਲਣਾ ਚਾਹੀਦਾ ਹੈ ਇਹ ਤਾਂ ਮਤਲਬ ਤੁਹਾਨੂੰ ਪੁੱਛ ਕੇ ਦੱਸੇਗਾ ਕਿ ਮੈਂ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਤੁਸੀਂ ਇਹ ਤੇ ਦੱਸੋ ਨਾ ਕਿ ਉਹ ਕੀ ਬੋਲਿਆ ਕੀ ਹੈਗਾ ਉਹਨਾਂ ਨੇ ਗਲਤ ਕੀ ਬੋਲਿਆ ਹੈਗਾ ਸੋ ਇਹ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਮੈਂ ਡੇ 1 ਬ੍ਰੋਥ ਕਰਦਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿਧਾਂਤ ਦਿੱਤਾ ਹੈ ਸਿਲੈਕਸ਼ਨ ਦਾ ਪੰਜ ਪਿਆਰੇ ਸਿਲੈਕਸ਼ਨ ਰਹੀਂ ਚੁਣेंगे ਵੀ ਅਕਾਲ ਤੱਕ ਸਾਫ ਦੇ ਜਿਹੜੇ ਜਥੇਦਾਰ ਨੇ ਸਿਲੈਕਸ਼ਨ ਹੋਣੀ ਚਾਹੀਦੀ ਹੈ ਹੁਣ ਕੀ ਹੋ ਗਿਆ ਕਿ ਇਲੈਕਸ਼ਨ ਸਿਸਟਮ ਹੋ ਗਿਆ ਹੈ ਗੈਰ ਸਿਕ ਪਤਿਤ ਲੋਕ ਸ਼ਰਾਬੀ ਕੇ ਸ਼ਰੋਮਨੀ ਕਮੇਟੀ ਦੀਆਂ ਵੋਟਾਂ ਪਾਉਂਦੇ ਨੇ ਉਹ ਜੀਡੀਵੀ ਤੇ ਰਕਾਬਸ ਹੋ ਜਾਂਦੀ ਹੈ ਮਤਲਬ ਹੁਣ ਤਾਂ ਬਾਦਲ ਹੀ ਕਾਬਜ਼ ਹੈਗਾ ਪਿਛਲੇ 35 40 ਸਾਲ ਤੋਂ ਜਿਹੜੀ ਕਾਬਜ਼ ਤੇ ਰ ਹੈ ਉਹ ਆਪ ਦੇ ਮਨਮਰਜ਼ੀ ਦੇ ਉੱਥੇ ਜਥੇਦਾਰ ਲਾ ਕੇ ਮਨਮਰਜ਼ੀ ਦੇ ਫੈਸਲੇ ਚਾਉਂਦੀ ਹੈ ਜਿਹੜੇ ਨਹੀਂ ਹੋਣੇ ਚਾਹੀਦੇ ਜਿਹੜੀਆਂ ਪੰਥਕ ਇੰਸਟੀਚੂਨ ਸੀ ਉਹਨਾਂ ਦੇ ਵਿੱਚ ਵੀ ਗੈਰ ਪੰਥਕ ਰੋਗ ਸਟੇਟ ਡੋਮੀਨੇਟ ਕਰ ਰਹੀ ਹੈ ਸੋ ਇਸ ਸਮਾ ਹੈਗਾ ਸਿੱਖਾਂ ਨੂੰ ਸਿਲੈਕਸ਼ਨ ਦਾ ਜਿਹੜਾ ਸਿਲੈਕਸ਼ਨ ਦਾ ਸਿਧਾਂਤ ਹੈ ਉਹ ਅੱਗੇ ਲੈ ਕੇ ਤੇ ਜਿਹੜੀ ਜਥੇਦਾਰਾਂ ਨੇ ਅੱਜ ਗੱਲ ਕੀਤੀ ਹੈ ਤਿੰਨਾਂ ਨੇ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਆ ਜਿਹੜਾ ਕੌਮ ਦੇ ਵਿੱਚ ਬੜੇ ਡਿਸਕ੍ਰੈਡਿਟ ਹੋ ਗਏ ਸੀ ਜਥੇਦਾਰ ਕਿਉਂਕਿ ਇਹ ਬਾਦਲ ਦੇ ਤੋਤੇ ਬਣ ਕੇ ਬੋਲਦੇ ਸੀ ਅੱਜ ਜਿਹੜੀ ਜਥੇਦਾਰਾਂ ਨੇ ਕੋਈ ਗੱਲ ਲੌਜੀਕ ਨਾ ਕੀਤੀ ਹੈ ਤੇ ਕੌਮ ਨੂੰ ਕੌਮ ਦੇ ਵਿਦਵਾਨਾਂ ਨੂੰ ਉਹਨਾਂ ਮਗਰ ਖੜਨਾ ਚਾਹੀਦਾ ਹੈ ਤੇ ਗਿਆਨੀ ਹੱਤਪੀਤ ਸੁਣਨ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਕੋਈ ਇਸ ਕਿਸਮ ਦਾ ਬੰਦਾ ਹੈ ਉਹਨਾਂ ਨੂੰ ਜ਼ਬਰਦਸਤੀ ਕਰਨਾ ਚਾਹੁੰਦਾ ਹੈ ਆਪਾਂ ਨੂੰ ਘਰੇ ਬੈਠਣ ਦੀ ਲੋੜ ਨਹੀਂ ਹੈਗੀ ਉਹਦਾ ਮੁਕਾਬਲਾ ਕਰਨ ਦੀ ਲੋੜ ਹੈ ਸਾਰਾ ਪੰਥ ਤੁਹਾਡੇ ਨਾਲ ਹੈਗਾ ਕੌਮ ਤੁਹਾਡੇ ਨਾਲ ਹੈਗੀ ਹੈ ਅਕ੍ਰਾਸ ਸਿੱਖ ਰੈਲੀਜਨ ਜਿਹੜੇ ਚੰਗੇ ਲੋਕ ਨੇ ਚੰਗੀ ਸੋਚ ਵਾਲੇ ਜਿੰਨੇ ਵੀ ਹੈਗੇ ਨੇ ਉਹ ਵੀ ਸਾਰੇ ਤੁਹਾਡੇ ਬੈਕਅਪ ਤੇ ਹੈਗੇ ਨੇ ਯਾਰ ਦੇਖਿਆ ਜਾਵੇ ਕਿਉਂਕਿ ਜਥੇਦਾਰਾਂ ਦੇ ਰੋਲ ਨੂੰ ਲੈ ਕੇ ਇਹ ਜਿਵੇਂ ਸਿਮਰਨ ਜੀ ਤੋਂ ਹੋਰਾਂ ਦਾ ਕਹਿਣਾ ਕਿ ਪਹਿਲਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਨੇ ਫੈਸਲਿਆਂ ਨੂੰ ਲੈ ਕੇ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਪਰ ਇਹ ਕਹਿੰਦੇ ਕਿ ਇਸ ਵਾਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਫੈਸਲਾ ਸੁਣਾਇਆ ਤਾਂ ਕੌਮ ਉਹਨਾਂ ਦੇ ਨਾਲ ਹੈ ਤੇ ਜਿਹੜੇ ਫੈਸਲੇ ਅੱਗੇ ਨੂੰ ਵੀ ਹੁੰਦੇ ਰਹਿਣ ਤੇ ਜੋ ਉਹਨਾਂ ਦਾ ਇੱਕ ਜਿਵੇਂ ਕਹਿੰਦੇ ਆ ਵੀ ਇੱਕ ਅਹੁਦਾ ਹੈ ਤੇ ਇੱਕ ਉਹਨਾਂ ਦਾ ਜਿਹੜਾ ਮਾਨ ਸਤਕਾਰ ਹੈ ਉਹਨੂੰ ਲੈ ਕੇ ਭਾਵੇਂ ਕਿਉਂਕਿ ਇਹ ਵੀ ਖੈਰ ਅਜੇ ਤੱਕ ਇੱਕ ਚੀਜ਼ ਦੇਖੋ ਨੂੰ ਮਿਲੀ ਹੈ ਵੀ ਉਹਨਾਂ ਦੇ ਵਿਰੋਧੀ ਲੱਖ ਹੋਏ ਨੇਗੇ ਪਰ ਇਸ ਚੀਜ਼ ਨੂੰ ਲੈ ਕੇ ਕਦੇ ਵੀ ਉਹਨਾਂ ਤੇ ਕਿਸੇ ਨੇ ਹੈਗੀ ਜਿਸ ਤਰ੍ਹਾਂ ਦੇ ਹਾਲਾਤ ਅੱਜ ਨਜ਼ਰ ਪੈ ਰਹੇ ਨੇਗੇ ਤੇ ਇਸੇ ਕਰਕੇ ਕਿਤਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਬਰਟੋਹਾ ਅੱਜ ਕੋਈ ਗੱਲ ਕਹਿ ਰਹੇ ਨੇ ਤਾਂ ਉਹਦੇ ਪਿੱਛੇ ਦੀ ਵੀ ਕੋਈ ਕਾਰਨ ਹੈ ਜਿਹੜੇ ਦੇਖਣ ਦੀ ਲੋੜ ਹੈ ਤੇ ਸੁਖਵੀਰ ਬਾਦਲ ਨੂੰ ਸਿੱਧੇ ਤੌਰ ਦੇ ਉੱਤੇ ਆਪਦੇ ਨਿਸ਼ਾਨੇ ਤੇ ਲੈ ਕੇ ਗੱਲ ਕਹਿੰਦੇ ਨੇ ਕਿ ਆਖਰ ਉਹਨਾਂ ਦੀ ਸਾਰੀ ਭੂਮਿਕਾ ਜਿਹੜੀ ਬਰਟੋਹਾ ਹੋਰਾ ਵਿੱਚ ਦੀ ਦਿੱਖਤੀ ਨਜ਼ਰ ਆਉਂਦੀ ਆ ਸੀਨੀਅਰ ਵੀਡੀਓ ਨੋਟ ਬਿੰਤੇ ਦੇ ਨਾਲ ਸੁਮਿਤ ਸਿੰਘ ਰਜਨਸ ਪਸਟੇਵੀ ਚੰਡੀਗੜ੍ਹ